गुड मॉर्निंग एंड सत श्री अकाल। सवाई दी सवेर बंदे नूं चलिया जी नाल लैके, गुड़े बिस्कुट दे नाल बंदे रेडी आ। लोड अपना जी अज दा पेंसिल भी नहीं आ। इक साडी सबल गैंग दा बंदा हुणे जस्ट नहा के बाहर आया। साडी सबल गैंग दा प्रधान केड़ा प्रधान सबल गैंग दा। अच्छा जी ਹੋਰ ਕੁਛ? ਮੈਂ ਕਿਹਾ ਮੁੰਡਾ ਰੈਡੀ ਰੂਡੀ ਹੋ ਜੇ ਫੇਰ ਵੀਡੀਓ ਬਣਾਉਂਦੇ ਬੰਦੇ ਦੀ। ਸਹੀ ਗੱਲ ਆ। ਇੱਕ ਦਿਨ ਤਾਂ ਹੁੰਦਾ ਹੋਣਾ ਬਿੱਲੂ, ਜਿੱਦਣ ਨਹਾਉਣਾ ਉਹ ਜਿੱਦਣ ਜਾਣਾ ਕੰਮ ਦੇ ਨਾ ਉਹ ਜ਼ਿਆਦਾ ਦਿਨ ਪਤਾ ਜ਼ਿਆਦਾ ਨਹੀਂ ਨਹਾਈਦਾ, ਜ਼ਿਆਦਾ ਨਹਾ ਕੇ ਬੰਦੇ ਕਿੱਥੇ ਆ ਰਹੇ ਇਹਨੇ ਵੀ ਬਾਲ ਚੋਪੜਲੇ ਆ। ਜਿੱਦਾਂ ਬੰਦਾ ਸੱਤਵੀਂ ਅੱਠਵੀਂ ਕਲਾਸ 'ਚ ਨਹੀਂ ਹੁੰਦਾ ਉਹ ਬਾਲ ਨੂੰ ਸਾਈਡ ਨੂੰ ਕਰ ਲੈਂਦਾ ਸਾਰੇ ਚਿਕਟਾਕ ਟੁਕ, ਕਹਿੰਦਾ ਮੇਰੇ ਤਾਂ ਨਾਈ ਨੇ ਬਾਲ ਗਲਤ ਕੱਟ ਦਿੱਤੇ। ਚੰਗਾ ਭਲਾ ਸਿਮ Prepaid SIM? I have an account with you. Another? Yeah. What's the phone number? 732-476-4927. You want 4722-476? No way, ਮੁੰਡੇ ਨੂੰ ਲੈ ਤੇ ਫੋਨ। ਮੁੰਡਾ ਕਹੇ ਨਾ ਬਾਅਦ 'ਚ ਫੋਨ ਹੀ ਲੈ ਦਿੱਤਾ ਕਿਹੜਾ ਵੀ ਲੋਕੀ ਉੱਠਦੇ ਸਵੇਰੇ ਚਾਹ ਪੀਂਦੇ, ਸਾਡੇ ਉੱਠਦੇ ਸਵੇਰੇ ਅਸੀਂ ਪੈਸਿਆਂ ਨੂੰ ਮੱਥਾ ਟੇਕੀਦਾ ਜਿਹੜੇ ਡੇਲੀ ਜਾਂਦੇ ਆ। ਹੁਣ ਕਹਿੰਦਾ ਮੈਨੂੰ ਏਅਰਪੋਰਟ ਵੀ ਲੈ ਕੇ ਦੇ, ਮੈਂ ਕਿਹਾ ਸਾਰਾ ਕੁਛ ਆਪ ਵੀ ਲੈ ਲਈ ਕਿ ਸਾਰਾ ਕੁਛ ਤੈਨੂੰ ਮੈਂ ਹੀ ਲੈ ਕੇ ਦੇਵਾਂ। ਚਲੋ ਹੁਣ ਬੰਦੇ ਸਾਡੇ ਨੇ ਸਵੇਰੇ ਸਵੇਰੇ ਦੋ ਏਅਰਪੋਰਟ ਲੈ ਲਏ ਆ, ਇੱਕ ਫੋਨ ਲੈ ਲਿਆ ਗਲਾਸ ਗਾਰਡ। ਕਹਿੰਦਾ ਸਵੇਰ ਸਵੇਰੇ ਜਿੰਨੇ ਆਏ ਮੈਨੂੰ ਕਹਿੰਦਾ ਸਾਰੇ ਲਾ ਦੇ ਤੇਰੇ ਕੋਲ, ਜਾਨ ਵੀ ਦੇ ਦਈਏ ਨਾਲ ਦਾਦੇ ਨਾਲ ਜਾਨ ਵੀ ਦੇ ਦਿੰਦੇ ਆ। ਚਲੋ ਵੀ ਲੋਡ ਚੱਕਣ ਵੀ ਚੱਲੀਏ, ਉਹਨੇ ਟਾਈਮ ਹੋ ਗਿਆ। ਚਲੋ ਜਿੱਥੇ ਜਿੱਥੇ ਮੰਦੀ ਵੀ ਤੈਨੂੰ ਮਿਲਦਾ ਨਾ ਸਾਰਾ ਕੁਛ ਚੱਕ ਕੇ ਤੇ ਜੇਬ 'ਚ ਪਾ ਲਾ। ਪਹਿਲਾਂ ਤਾਂ $1 ਤੋਂ ਸ਼ੁਰੂਆਤ ਕਰ, ਬਾਕੀ ਤੈਨੂੰ ਬਾਅਦ 'ਚ ਦਿੰਦੇ ਹਾਂ। ਬੰਦੇ ਨੂੰ ਕੱਢ ਕੇ ਆਉਣਾ ਹੁਣ ਘਰੋਂ, ਬਹੁਤ ਨੁਕਸਾਨ ਕਰਵਾਉਂਦੇ ਆਏ। ਸਵੇਰੇ ਸਵੇਰੇ $1500 ਲਵਾ ਤਾ। ਚਲੋ ਆ ਗਈ ਆਪਣੀ ਉਬਰ, ਬਸ ਆ ਰਹੀ ਆ, 4 ਮਿੰਟ ਦੂਰ ਰਹਿ ਗਏ ਉਬਰ। ਚਲੋ ਲਓ ਜੀ ਬੰਦੇ ਰੈਡੀ ਆ, ਰੈਡੀ ਟੂ ਡਿਸਪੈਚ। ਤੇ ਆਪਣਾ ਡਿਸਪੈਚਰ ਕਿੱਥੇ ਆ ਗਿਆ? ਆ ਗਿਆ 800 ਫੀਟ। ਚੌਧਰ ਡਿੱਗ ਚੱਲੀ ਮੇਰੀ, ਸਮਾਨ ਹੋ ਗਿਆ ਆਪਣੇ ਤੋਂ ਜ਼ਿਆਦਾ ਰੱਖਣਾ। ਆਈਏ ਦੇਖ, ਰੈੱਡ ਗੱਡੀ ਹੈ ਨਾ, ਗਲਤ ਗੱਡੀ 'ਚ ਨਾ ਭਾਅ ਬੰਦੇ ਕਿਡਨੈਪ ਵੀ ਹੋ ਸਕਦੇ ਇੱਥੇ। ਚੱਲ ਪਰਮਿੰਦਰ, ਇਹ ਕੈਨ ਯੂ ਓਪਨ ਅਪ ਦਾ ਬੈਗ, ਥੈਂਕ ਯੂ। ਚਲੋ ਜੀ ਸੰਭਾਲੀਏ ਰੱਖ ਤੇ ਚੱਲੀਏ ਟਰੱਕ 'ਚ। ਉਬਰ ਵਾਲਿਆਂ ਨੇ ਵੀ ਲੱਗਦਾ ਨਵਾਂ ਸਿਸਟਮ ਦੇ ਦਿੱਤਾ ਜੀ, ਵਿੱਚ ਚਾਰਜ ਲਾਓ।
ਬਸ ਦੌੜਨੀ ਆ ਕਿੰਨੀ ਕਰਨੀ ਲੰਬੀ ਤੂੰ ਬਸ ਹੁਣ ਤੂੰ ਲੱਗਦਾ ਪਹਿਲਾ ਬੰਦਾ ਹੋਗਾ ਜਿਹੜਾ ਉਬਰ ਵਾਲੇ ਤੋਂ ਚਪੇੜਾ ਖਾ ਕੇ ਵੀ ਜਾਊਗਾ ਕਿੰਨਾ ਕਿੰਨਾ ਕੁ ਕਿਲੋ ਖਿੱਚਣੀ ਤਾਰ ਤੂੰ ਏਡੀ ਵੀ ਨਹੀਂ ਲੰਬੀ ਹੁੰਦੀ ਇਹ ਕੀ ਮੋਟਰ ਦੀ ਤਾਰ ਨਹੀਂ ਹੈਗੀ ਜਿੰਨੀ ਮਰਜ਼ੀ ਖਿੱਚ ਲਾ ਚਲੋ ਮਿਲਦੇ ਹਾਂ ਜੀ ਅੱਗੇ ਜਾ ਕੇ ਤੁਹਾਨੂੰ ਟਰੱਕ ਦੇ ਕੋਲ ਚੱਕ ਲਓ ਉਸਤਾਦ ਜੀ ਸਮਾਨ ਹੁਣ ਕਿ ਸਾਰਾ ਤੁਹਾਨੂੰ ਇਹੀ ਚੱਕ ਕੇ ਦੇਣਾ ਹਰ ਵਾਰੀ ਚਲੋ ਚੱਲੀਏ ਹੁਣ ਮੈਂ ਕਰ ਦਿੰਦਾ ਚਲੋ ਆ ਜਾਓ ਟਰੱਕ ਦੇ ਅੱਧੇ ਨੂੰ ਫਰੀ ਟ੍ਰਿਪ ਕਰਕੇ ਅਤੇ ਤੁਰੀਏ ਲੋਡ ਆਪਣਾ ਆ ਚੁੱਕਾ ਅਤੇ ਮਾਲ ਕਰ ਰਹੇ ਵੇਟ ਕਹਿੰਦੇ ਚੱਕ ਲਓ ਲੋਡ ਪ੍ਰਧਾਨ ਸਾਹਿਬ ਵਿਛਾ ਲਓ ਚਾਦਰਾਂ ਮਾੜਾ ਟਰੱਕ ਗਰਮ ਹੁੰਦੀ ਹੈ ਆਪਣਾ ਸਮਾਨ ਸਾਰਾ ਰੱਖ ਲਈਆਂ ਥੱਲੇ ਮੈਂ ਰੱਖ ਦੇਣਾ ਕੋਈ ਨਹੀਂ ਆਈ ਪੈਡ ਲਾ ਕੇ ਨਾ ਤੁਰਨ ਤੋਂ ਪਹਿਲਾਂ ਰੱਬ ਦਾ ਨਾਂ ਲੈਣਾ ਵੀ ਬਹੁਤ ਜ਼ਰੂਰੀ ਹੈ ਚਲੋ ਥੋੜੀ ਜਿਹੀ ਵਿੱਚ ਸਟੇ ਬਹਿ ਗਈ ਸਾਡੇ ਸ਼ਰੀਕ ਆਪਣੀਆਂ ਸਾਡੀਆਂ ਜੜ੍ਹਾਂ ਦੇ ਵਿੱਚ ਹੀ ਬਹਿ ਗਏ ਲੋਡ ਹੋ ਗਿਆ ਆਪਣਾ ਇਹ ਵੀ ਕੈਂਸਲ ਅਤੇ ਹੁਣ ਸਾਡੇ ਡਿਸਪੈਚਰ ਕਹਿੰਦੇ ਤੁਸੀਂ ਕਰੋ ਵੇਟ ਇਸ ਲਈ ਹੁਣ ਆ ਗਏ ਅਸੀਂ ਪੰਪ 'ਤੇ ਸ਼ੈਵਰਨ ਦੇ ਨਾ ਟੀਏ ਦਾ ਆ ਆਪਣਾ ਸੱਬਲ ਗੈਂਗ ਦਾ ਬੰਦਾ ਇੱਥੇ ਹੈ ਇੱਕ ਤੁਹਾਨੂੰ ਦੁਬਾਰਾ ਸੱਬਲ ਗੈਂਗ ਦੇ ਬੰਦੇ ਨਾਲ ਮਿਲਾਇਆ ਜਾਂਦਾ ਗੁੱਲੂ ਨਾਲ ਗੁੱਲੂ ਕਿਹੜਾ ਗਿਆ ਇੱਥੋਂ ਗੁੱਲੂ ਉਸਤਾਦ ਨਾਲ ਇੱਥੇ ਰੋਟੀ ਲੈਣ ਰੁਕੇ ਹੋ ਚੱਲ ਪਾਓ ਨਾ ਸਾਈਡ 'ਤੇ ਜਾ ਕੇ ਉੱਥੇ ਇੱਥੇ ਯਾਰ ਪਾਰਕਿੰਗ ਦਾ ਬੜਾ ਔਖਾ ਪਾਰਕਿੰਗ ਲੈਣੀ ਬਾਹਲੀ ਔਖੀ ਮਨਦੀਪ ਸਿੰਘ ਇੱਥੇ ਜਿੱਥੇ ਮਰਜ਼ੀ ਉਹਨੂੰ ਲਾ ਲਏ ਰਹਿਣੇ ਜਿੱਥੇ ਮਰਜ਼ੀ ਆ ਕੇ ਘਸਾਉਣ ਫੇਰਨੇ ਉਹਨਾਂ ਨੂੰ ਇਹ ਤਾਂ ਉਦੋਂ ਕੱਚੀ ਵੀ ਆ ਜਿੱਦਾਂ ਮਰਜ਼ੀ ਲਾ ਦੇ ਕੋਈ ਚੱਕਰ ਨਹੀਂ ਆਪਣਾ ਹੀ ਆ ਚਲੋ ਅੱਜ ਕੱਚੀ ਜਗ੍ਹਾ 'ਤੇ ਪਾਰਕ ਲਾਉਂਦੇ ਹਾਂ 15-20 ਮਿੰਟ ਉਹੀ ਗੱਲ ਆ ਵੇ ਘਰੋਂ ਬੰਦੇ ਤਿਆਰ ਤੇ ਹੋਰ ਕੀਤੇ ਆ ਅਤੇ ਸ਼ਾਮ ਨੂੰ ਆ ਕੇ ਕਹੀਏ ਕਿ ਚਲੋ ਘਰ ਨੂੰ ਵਾਪਸ ਕਰਨੀ ਪੈਣੀ ਬੋਸ ਡਿਸਪੈਚਰ ਨਾਲ ਗੱਲ ਇੱਦਾਂ ਤਾਂ ਔਖਾ ਚੱਲ ਇੱਥੇ ਲਾਉਂਦੇ ਪਾਰਕਿੰਗ ਕੱਚੀ ਜਗ੍ਹਾ 'ਤੇ ਪਹਿਲਾਂ ਨਹੀਂ ਇੱਥੇ ਲੱਗਦੇ ਟਰੱਕ 147-99 'ਤੇ ਉਸਤਾਦ ਜੀ ਲਾਣਗੇ ਪਾਰਕਿੰਗ ਅਸੀਂ ਕਰਨਾ ਥੋੜ੍ਹਾ ਜਿਹਾ ਵੇਟ ਇੱਥੇ ਚਲੋ ਫਿਰ ਗਾਣੇ ਗੁਣੇ ਸੁਣਦੇ ਉਦੋਂ ਤੱਕ ਹੋਰ ਕਰਨਾ ਕੀ ਜਾਂ ਮੂਵੀ ਮਾਵੀ ਦੇਖਦੇ ਹਾਂ ਕੋਈ ਚਲੋ
ਮਿਲਦੇ ਆ ਥੋੜੇ ਟਾਈਮ ਤੱਕ। ਸੱਬਲ ਗੈਂਗ ਦਾ ਬੰਦਾ ਰੋਟੀ ਲੈ ਕੇ ਫਰਾਰ ਹੋ ਗਿਆ ਇੱਥੋਂ। ਸੋ ਦੇਖਦੇ ਹਾਂ ਹੁਣ ਕੀ ਹੁੰਦਾ ਅੱਗੇ। ਬਾਕੀ ਦੂਜੀ ਗੈਂਗ ਦਾ ਬੰਦਾ ਕਿਹੜੀ ਗੈਂਗ? ਕੋਂਡਾ, ਕੋਂਡਾ ਗੈਂਗ ਦਾ ਸ਼ਿਕਾਰੀ। ਚਲੋ ਵੇਟ ਕਰਦੇ ਹਾਂ, ਚਿਲ ਚੁਲ ਮਾਰਦੇ ਹਾਂ ਕੀ ਕਰਨਾ। ਹੁਣ ਬੰਦਾ ਚਲ ਗਿਆ, ਫਿਰ ਕਿੱਥੇ ਜਾਣਾ ਹੁਣ ਪੰਪ ਤੇ? ਦੇਖਦੇ ਅੱਜ, ਫਿਰ ਨਹੀਂ ਤਾਂ ਘਰ ਜਾਣਾ ਪੈਣਾ। ਇਹ ਤਾਂ ਪਹਿਲਾ ਕੰਮ, ਪਹਿਲੀ ਵਾਰ ਹੋਣਾ ਜ਼ਿੰਦਗੀ 'ਚ। ਢਾਈ ਸਾਲ ਹੋ ਗਏ ਟਰੱਕ ਚਲਾਉਂਦੇ ਨੂੰ, ਇਤਿਹਾਸ ਦੇ ਵਿੱਚ ਪਹਿਲੀ ਵਾਰ ਟਰੱਕ ਦੇ ਵਿੱਚ ਬਹਿ ਕੇ ਸਭ ਕੁਛ ਕਰਕੇ ਦਸ ਚਲਾਏ। ਇਹ ਤਾਂ ਉਹੀ ਗੱਲ ਹੋ ਗਈ, ਜੰਗ ਲੜਨ ਗਏ ਸੀਗੇ, ਹਥਿਆਰ ਨਹੀਂ ਨਹੀਂ ਜੰਗ ਲੜਨ ਗਏ ਸੀ, ਹਥਿਆਰ ਘਰ ਭੁੱਲ ਗਏ, ਤੇ ਉੱਥੇ ਜਾ ਕੇ ਮਨਦੀਪ ਨੂੰ ਕਹਿ ਦਿੱਤਾ ਹਥਿਆਰ ਲਿਆ ਬੰਦੇ ਮਾਰੀਏ। ਹਥਿਆਰ ਕਿੱਥੋਂ ਨੇ? ਹਥਿਆਰ ਹੀ ਘਰ ਰਹਿ ਗਏ। ਚਲੋ ਕੋਈ ਨੀ, ਹੋ ਜਾਂਦਾ ਕਦੀ ਕਦੀ। ਜੋ ਕਿ ਦੋ ਤਿੰਨ ਮਹੀਨਿਆਂ ਤੋਂ ਵਿਹਲਾ ਬੈਠਾ। ਵਿੱਕੀ ਦਾ ਅਸੀਂ ਟੈਸਟ ਦਵਾਉਣ ਜਾਣਾ, ਬੜੀ ਧੁੱਪ ਪੈ ਰਹੀ, ਧੁੱਪ ਚੱਕਣਾ। ਵਿੱਕੀ ਨੂੰ ਟੈਸਟ ਦਵਾਉਣ ਜਾਣਾ DMV, ਦੇਖਦੇ ਆ ਕੀ ਕਰਦਾ ਹੁੰਦਾ, ਪਾਸ ਜਾਂ ਫੇਲ। ਫਿਰ ਬਣਾਉਣੇ ਟੈਸਟ ਤੋਂ ਬਾਅਦ ਵਿੱਕੀ ਦੀ ਰੇਲ। ਕਹਿੰਦਾ ਕੀ ਸਮੋਸੇ ਖਾਣੇ ਆ, ਜਿੱਦਣ ਦਾ ਆਇਆ ਜਾਨ ਖਾਧੀ ਪਈ ਆ, ਪਤਾ ਨੀ ਕੀ ਖਾਣਾ ਇਹਨੇ। ਇਹ ਕਹਿੰਦਾ ਹੁਣ ਬੰਦਾ ਮਾਰ ਕੇ ਹੀ ਸਾਹ ਲਵਾਂਗੇ। ਇਹ ਬੰਦਾ ਪਹਿਲੀ ਵਾਰ ਜਿਹਦੇ ਕਰਕੇ ਲੋਡ ਕੈਂਸਲ ਹੋ ਗਿਆ ਮੇਰਾ, ਨਹੀਂ ਤਾਂ ਅੱਜ ਤੱਕ ਕਦੀ ਲੋਡ ਕੈਂਸਲ ਨਹੀਂ ਹੋਇਆ। ਚਲੋ ਕੋਈ ਨੀ, ਹੁੰਦਾ ਹੀ ਰਹਿੰਦਾ ਆ, ਇਹ 'ਚ ਕਿਹੜੀ ਵੱਡੀ ਗੱਲ ਆ, ਲੋਡ ਚੱਲਦਾ ਰਹਿੰਦਾ ਉੱਪਰ ਥੱਲੇ, ਟਰੱਕਾਂ ਦਾ ਕੰਮ ਆ। ਪੇਸ਼ੈਂਸ ਬੰਦੇ ਨੂੰ ਜ਼ਰੂਰੀ ਆ। ਹਾਂ ਚੱਲ ਹੁਣ ਜਾ ਕੇ ਤੈਨੂੰ ਸਮੋਸੇ ਖਿਲਾਉਂਦਾ ਮੈਂ। ਚਲੋ ਸਮੋਸੇ ਖਾਂਦੇ ਜਾ ਕੇ। ਸਾਡਾ ਹਸਨਪੁਰ ਗੈਂਗ ਦਾ ਬੰਦਾ ਵੀ ਸਾਨੂੰ ਉੱਥੇ ਮਿਲਣਾ। ਸਮੋਸਾ ਪਾਰਟੀ ਹੋਣੀ ਹੁਣ ਕਾਹਦੀ, ਲੋਡ ਕੈਂਸਲ ਹੋਣ ਦੀ ਖੁਸ਼ੀ 'ਚ। ਕਹਿੰਦੇ ਚਾਹ ਹੀ ਬੜਾ, ਉਹਨੂੰ ਤਾਂ ਟਾਈਮ ਲੱਗ ਜਾਣਾ, ਨਾ ਪੈਕ ਹੀ ਕਰਾ ਲੈਂਦੇ ਹਾਂ। ਹੋਰ ਕੁਛ ਖਾਣਾ ਤਾਂ ਦੱਸ ਦੇਈ, ਫੈਟਾ ਬਰਗਰ, ਪੀਜ਼ਾ ਹੱਟ, KFC। ਉਹ ਇੱਥੇ ਤਾਂ KFC ਕਦੀ ਨਾ ਖਾਈ, ਇੱਥੇ ਤਾਂ KFC ਇੰਨਾ ਤੇਲ ਹੁੰਦਾ ਨਾ, ਜਿਹੜਾ ਮੰਨ ਲਾ ਕਿ ਸਭ ਤੋਂ ਮਾੜੀ ਜਿਹੜੀ ਹੁੰਦੀ ਨਾ ਬੰਦੇ ਦੀ, ਜਿੱਦਾਂ ਉਹ ਨਹੀਂ ਬਲੌਗਰ ਹੁੰਦੇ ਆ, ਫੂਡ ਬਲੌਗਰਾਂ 'ਚ ਲੇਕਿਨ ਬੜੀ ਬੇਇੱਜ਼ਤੀ ਕੀਤੀ ਉਹਦੀ। ਹਾਂ ਉਹ ਜਿਹੜਾ ਇਹ ਤਾਂ ਉੱਦਾਂ ਵੀ ਇੰਨਾ ਤੇਲ ਆ, ਆਪਾਂ ਉਬਲ ਦਾ ਤੇਲ ਪੀ ਲਾ ਜਾਣਾ, ਇਹਦੇ ਚਿਕਨ ਖਾ ਲਿਆ ਇੱਕ ਗੱਲ ਹੀ ਆ KFC ਦਾ। ਟਰੱਕ ਦੇ ਵਿੱਚ 6 ਮਹੀਨੇ ਹੋ ਗਏ ਇਹਦੀ ਜੈਕਟ ਨੂੰ, ਜੈਕਟ ਚਾਹੀਦੀ ਆ। ਇੱਥੇ ਵੀ ਕਿਤੇ ਪਤਾ ਲੜਾਈ ਵੀ ਹੋ ਸਕਦੀ ਆ, ਉਹ ਲਿਆਂਦੇ ਆ ਕੁਲਚੇ ਛੋਲੇ, ਅੱਛਾ ਜੀ ਸਮੋਸੇ ਛੋਲੇ ਕੀ ਲੱਭਣੇ ਆ? ਟੋਪੀ ਦੇ ਦੇਣਾ। ਉਹ ਨਹੀਂ ਹੈਗੀ ਭਰਾ, ਟੋਪੀ ਹੱਦ ਹੋ ਗਈ ਵਿੱਕੀ ਤੇਰੀ। ਚੋਰ ਆਹੋ ਤੇਰੀ, ਮੈਂ ਦਹਾਂ ਦੀ ਸਾਰਾ ਟੋਪੀ ਲੈ ਕੇ ਜਾਊਂਗਾ ਨਾ, ਬੇਇੱਜ਼ਤੀ ਕਰਾਉਣੀ ਆ ਦਹਾਂ ਦੀ ਟੋਪੀ ਪਿੱਛੇ। ਮੈਂ ਆਹ ਤੇਰੀ ਇੱਕ ਜੈਕਟ ਆ, ਮੈਂ ਲੱਭ ਗਈ, ਮੈਂ ਕਿਹਾ ਲੈ ਜਾ ਇਹ, ਚੱਲ ਤੇਰਾ DMV ਟੈਸਟ ਦਵਾਉਣ ਚੱਲੀਏ। ਮੈਂ ਕਿਹਾ ਟਰੱਕ 'ਚ ਬਹਿ ਖਾਣੇ, ਉੱਥੇ ਕੀ ਖਾਣੇ? ਉਹ ਵੀ ਕੀ ਮੇਰੇ ਟਰੱਕ ਦੀ ਚਾਬੀ ਦੇ ਰਹੇ 'ਚ ਆ? ਕਿਉਂ ਤੇਰੇ ਵੱਲ 'ਚ ਦਹੀਂ ਕਦੋਂ ਨਹੀਂ ਪਾਇਆ? ਪਤਾ ਨਹੀਂ, ਤੂੰ ਕਹਿ ਕੇ ਲੈ ਗਿਆ ਹੁਣ ਤੇਰੇ ਵੱਲ 'ਚ ਦਹੀਂ ਪਤਾ ਨਹੀਂ ਕਦੋਂ ਨਹੀਂ ਪਾਇਆ, ਮੈਨੂੰ ਪਤਾ। ਬੋਡੀ ਬਿਲਡਰ ਬੰਦਾ ਯਾਰ ਵਿੱਕੀ, ਤੂੰ ਦਹੀਂ ਪਾ ਕੇ ਕੀ ਕਰਨਾ ਹੈ ਨਾ।
ਚੱਲ ਖਾ ਲਾ ਵੇ ਜਲਦੀ ਜਲਦੀ ਕੰਮ ਕਰਾਉਣ ਜਾਣਾ ਤੇਰਾ ਸੋਸ਼ਲ ਸਿਕਿਉਰਿਟੀ ਦਾ। ਮੈਂ ਨਾ ਟਰੱਕ 'ਚ ਆ ਗਿਆ ਤੇ ਮੇਰੀ ਚਾਬੀ ਗਵਾ ਜਾਏਗੀ ਨਾ, ਮੈਂ ਸਦਾਈ ਵਾਂਗੂ ਕਦੀ ਉਹ 'ਚ ਲੱਭਣ ਲੱਗਾ ਕਦੀ ਇਹਦੇ ਉੱਪਰ ਕਦੀ ਇਹਦੇ ਉੱਪਰ, ਤੇ ਚਾਬੀ ਮੈਨੂੰ ਮਨਦੀਪ ਨੇ ਦੱਸਿਆ ਕਿ ਇਹਦੀ ਗੱਡੀ 'ਚ, ਤੇ ਉਹ ਹੁਣ ਦਿਖਾਈ ਮਨਦੀਪ ਕਿੱਥੋਂ ਲੈ ਗਿਆ ਇਹਦੀ ਗੱਡੀ 'ਚ ਆਹ ਚਾਬੀ ਲਿਆਂਦੀ ਕੈਮਰੇ 'ਚੋਂ, ਤੇ ਮੈਨੂੰ ਕਹਿੰਦਾ ਚੋਰ। ਹੁਣ ਵਿੱਕੀ ਚੋਰ ਕਿਹੜਾ, ਤੂੰ ਟਰੱਕ ਚੋਰੀ ਕਰਨ ਦਾ ਇਰਾਦਾ ਪੂਰਾ ਹੀ ਤੇਰਾ, ਐਨ ਬਾਅਦ 'ਚ ਆਇਆ, ਪਹਿਲਾਂ ਕਹਿੰਦਾ ਗੱਡੀ 'ਚ ਤੇਲ ਖਤਮ ਹੋ ਗਿਆ ਆ, ਉਹ ਪਵਾਲਾ। ਇਹ ਤਾਂ ਵਿੱਕੀ ਚੰਗੀਆਂ ਗੱਲਾਂ ਨਹੀਂ, ਇੱਕ ਤੈਨੂੰ ਐਂ ਵਿੱਕੀ ਹੋਏ ਇਹ ਮੈਂ ਤੇਰੇ ਚੰਗੀਆਂ ਗੱਲਾਂ ਨਹੀਂ ਆ, ਇੱਕ ਤੈਨੂੰ ਹੁਣ ਖਿਲਾਈਏ ਉਸ ਤੋਂ ਸਾਨੂੰ ਕਹਵੇਂ ਤੂੰ ਤੇਲ ਵੀ ਪਵਾਓ। ਲੈ ਲਾ ਵਿੱਕੀ ਹੁਣ ਤੇਲ ਵਿੱਕੀ ਗਲਤ ਪਾਉਂਦਾ, ਓਦਾਂ ਹਰਾ ਪਾਈਦਾ ਹੁੰਦਾ, ਪੌੜਾ ਥੋੜਾ ਵੇਖ ਹੀ ਆ ਉਹ ਗੱਡੀ ਦੀ ਸਪੀਡ, ਗੱਡੀ ਸਪੀਡ ਤੇਜ਼ ਨਾ ਚੱਲੂ, ਫਿਰ ਪੂਰੀ ਸਪੀਡ 'ਤੇ ਚੱਲੂ, ਪੈਟਰੋਲ ਨਾ ਹੌਲੀ ਚੱਲਦੀ ਚਲਾਉਣੀ ਨਾ ਕਦੇ ਵੀ। ਹਾਂ ਰੁਕ ਗਿਆ, ਬਟਨ ਤਾਂ ਪੁਸ਼ ਕੀਤੇ ਨੇ ਉਸਤਾਦ ਜੀ, ਤੁਸੀਂ ਤੇਲ ਪਾਉਂਦੇ ਕਦੋਂ ਦਾ, ਤੂੰ ਡੀਜ਼ਲ ਕਿੰਨੇ ਲਾਈਏ ਪਹਿਲਾਂ ਮੈਨੂੰ ਦੱਸ। ਏਦਾਂ ਦੇ ਵੀ ਹੁੰਦੇ ਦੇਖੋ, ਕਿੰਨਾ ਟਾਈਮ ਹੋ ਗਿਆ ਖੜੇ ਨੂੰ ਨੋਜ਼ਲ ਫੜ ਕੇ, ਤੇਲ ਹੁਣ ਚੱਲਿਆ, ਤੇਲ ਹੁਣ ਚੱਲਿਆ, ਨਿਊਜ਼ ਲਾਪਨੇ ਪਈਆ ਤੇ ਕੀ ਐ ਨਹੀਂ ਤੈਨੂੰ ਦੱਸਦਾ ਮੈਂ, ਚਿੰਨਣ ਦੀ ਜਾ ਰਹੀ ਆ ਅਮਾ ਚੂਚੀ ਚੀ ਚੋ ਚੂਚੀ, ਇਹ ਤਾਂ ਭਾਸ਼ਾ ਦੀ ਹੋ ਰਹੀ ਆ, ਇਹਨਾਂ ਦੀ ਬੋਲਣੀ ਤਾਂ ਸਮਝਣੀ ਬੜੀ ਔਖੀ ਆ। ਚੱਲ ਖਿੱਚ ਕੇ ਰੱਖ ਪਏ ਜਲਦੀ ਜਲਦੀ, ਅੱਜ ਸ਼ਰਟ ਵੀ SSN ਪਾ ਗਿਆ ਸੋਸ਼ਲ ਸਿਕਿਉਰਿਟੀ ਨੰਬਰ, ਹੁਣ ਚੱਲਿਆ ਨਾਲ ਬਣਾ ਕੇ ਗੱਲ ਆਵਾਂਗੇ, ਇੱਦਾਂ ਤਾਂ ਨਹੀਂ ਆਉਂਦੇ ਅਸੀਂ, ਰਸ਼ ਜ਼ਿਆਦਾ ਹੋਇਆ ਤੈਨੂੰ ਮੈਂ ਲਾ ਦੇਣਾ ਉੱਥੇ। ਹਾਂ ਲਓ ਬਈ ਸੋਸ਼ਲ ਕਰੀਅਰ ਤੇਰੀ ਜਾ ਕੇ ਅਪਲਾਈ, ਬੰਦੇ ਸਾਨੂੰ ਹੀ ਟੱਕਰਦੇ ਇੱਦਾਂ ਦੀ, ਕਦੀ ਕਿਸੇ ਦੀ ਸੋਸ਼ਲ ਨਹੀਂ ਹੁੰਦੀ, ਇੱਕ ਨੇ ਲੋਡ ਕੈਂਸਲ ਕਰਾਤਾ, ਚੱਕਰ ਕੀ ਆ ਕਹੇ ਕਾਹਦਾ, ਤੁਸੀਂ ਤਾਂ ਕਹੋ ਹੈ ਵੀ ਛੋਟੇ ਛੋਟੇ ਆ। ਚਲੋ ਉਹ ਕਾਊਂਟਰ 'ਤੇ ਚੱਲੀ, ਮੈਨੇ ਤਾਂ ਸ਼ਿਮਲਾ ਬਣਾ ਰੱਖਿਆ ਮੈਨੂੰ ਲੱਗਦਾ ਅੰਦਰ, ਓਏ ਹੋਏ 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 ਇੰਨੀ ਠੰਡ, ਇੰਨੀ ਠੰਡ ਕਰਕੇ ਤੂੰ ਕਰਨ ਦਿਆਂ, ਇੰਨੀ ਠੰਡ ਹੈ ਲੈ ਪੂਰੀ ਠੰਡ ਕੀਤੀ ਪਈ, ਲੈ ਵਿੱਕੀ ਨੇ ਵੀ ਸੋਸ਼ਲ ਸਿਕਿਉਰਿਟੀ ਕਰਤੀ ਅਪਲਾਈ, ਆਹ ਬੰਦਾ ਜਾ ਕੇ ਇਹਨੇ ਛਿੱਤਰ ਪਾਉਣੀ ਮੇਰੇ ਅੰਦਰ, ਮੈਨੂੰ ਉਹਨੂੰ ਕਹਿੰਦਾ ਕਿ ਟੈਂਪਰੇਰੀ, ਟੈਂਪਰੇਰੀ ਵੀ ਮਿਲ ਜੂਗਾ, ਉਹ ਟੈਂਪਰੇਰੀ ਨੂੰ ਸਾਲਿਆ, ਉਹ ਟੈਂਪਰੇਰੀ ਉਹਨੇ ਕੀ ਦੇਣਾ ਤੈਨੂੰ ਉੱਥੇ, ਇਹ ਪੱਕਾ ਹੁੰਦਾ, ਪਹਿਲਾਂ ਤਾਂ ਜੈਬੇ ਦੇ ਪੱਖੇ ਘਸਾਉਣ, ਜੈਬੇ ਦੇ ਪੱਖੇ 'ਚ ਘਸਾਉਣ ਪੈਣੇ, ਜਿਹੜਾ ਤੈਨੂੰ ਇੱਦਾਂ ਦਾ ਗੱਲਾਂ ਸਿਖਾਉਂਦਾ, ਸ਼ੁਕਰ ਕਰ ਉਹਨੇ ਬੰਦੇ ਨਹੀਂ ਰੱਖੀ ਸਿਕਿਉਰਿਟੀ ਗਾਰਡ ਵਾਲਿਆਂ ਨੇ, ਤਾਂ ਕੁੱਟ ਕੇ ਭੇਜਣੇ ਸੀ ਤਾਂ ਉਹਨੇ, ਹੱਸਣ ਦੇ ਹੱਸਣਾ ਨਹੀਂ ਨਾ ਰਵਾਉਣਾ ਸੀਗਾ, ਮੈਂ ਕਿਹਾ ਚੱਲ ਚੱਲੀਏ ਇਹਨੂੰ ਮਨਦੀਪ ਘਰ, ਅਤੇ ਕਹਿੰਦਾ ਨਹੀਂ ਮੇਰੇ ਨਾ ਚਿਕਨ ਬਿਰਿਆਨੀ ਰੱਖਦੀ ਪਈ ਆ, ਪਹਿਲਾਂ ਸ਼ੈਫ ਸਾਹਿਬ ਨੇ ਕਹਿੰਦਾ ਉਹ ਕਲੀਨ ਕਰਨੀ ਆ, ਫਿਰ ਅੱਗੇ ਤਾਂ ਸੋਚਿਆ ਜਾਊਗਾ, ਚਲੋ ਚੱਲੀਏ ਇਹਨਾਂ ਦੇ ਘਰ ਸ਼ਰਮਾ ਦੇ ਹੁਣ ਦੁਬਾਰਾ। ਕਹਿੰਦਾ ਮੇਰਾ ਮੂੰਹ ਕਾਲਾ ਆਉਂਦਿਆ ਆ, ਜੇ ਤੇਰੇ ਮੂੰਹ ਕਾਲੇ ਆਉਂਦੇ ਤਾਂ ਮਤਲਬ ਅਸੀਂ ਦੂਰਾਂ ਤਾਂ ਦਿਖਣਾ ਵੀ ਨਹੀਂ, ਮੈਂ ਤਾਂ ਉਹਨੇ ਫਿਰ ਘਰ ਆਏ ਬੰਦਿਆਂ ਦੀ ਡਿਸਰਿਸਪੈਕਟ, ਇੱਥੇ ਬੁਲਾ ਕੇ ਕਹਿੰਦਾ ਹੁਣ ਤੁਸੀਂ ਨਾਲ ਲਿਆ ਕੇ ਉੱਪਰ ਮਾਰ ਲਓ, ਜਦੋਂ ਆਪਣਾ ਬੰਦੇ ਇਹਦਾ ਕੰਮ ਹੋ ਗਿਆ ਨਾ ਸਾਰਾ, ਜੇ ਮੈਂ ਨਾ ਉੱਥੇ ਮੈਂ ਗੱਡੀ 'ਚ ਬੈਠਾ ਮੈਨੂੰ ਫੋਨ ਕਰੀ ਜਾਂਦਾ ਅੰਦਰ ਆ ਜਾ ਅੰਦਰ, ਇਹਦੇ ਚੱਕਰ 'ਚ ਮੈਂ ਛਿੱਤਰ ਗਾਣਾ ਸੀ ਅੰਦਰ, ਹੋਰ ਨਹੀਂ ਚੱਲ ਉਹ ਤੇ ਚੱਲ ਕੋਈ ਵੱਡੀ ਗੱਲ ਨਹੀਂ, ਆਹ ਮੇਰਾ ਆਰਡਰ ਆ ਗਿਆ, ਕੀ ਹੈ ਸਾਹਿਲ ਸ਼ਰਮਾ, ਇਹ ਕੁਛ ਨਾ ਕੁਛ ਮੰਗਵਾਉਂਦੇ ਰਹਿੰਦਾ, ਕੀ ਹੈਗੀ ਖੋਲ ਕੇ ਦੇਖ ਲਾ, ਚੱਲ ਅੰਦਰ ਦਾ ਕੋੜੀ ਹੈ ਫਿਰ ਖੋਲ, ਆਹ ਚਾਬੀ ਮੈਂ
ਕਹਿੰਦਾ ਆਪਣਾ ਕੰਮ ਬੰਤਾ ਬਾੜ ਮੇ ਜਾਏ ਜਨਤਾ। ਇਹ ਵੀ ਕੀ ਫਿਲਮ ਨਹੀਂ ਲੱਗੀ ਜਿਹੜੀ ਆਹੋ ਜਿਹਨੇ ਡਾਇਲੋਗ ਬੋਲਿਆ ਸਫਾਈ ਦੇਖ ਕੇ ਨਾ ਕੀਤੀ ਕਿ ਨਹੀਂ ਓਏ ਹੋਏ ਹੋਏ ਕਲੀਨ ਦੇਖੋ ਕਰਤੀ ਕਰਤੀ ਸਫਾਈ ਰਾਤ ਕਰਕੇ ਸੁਣਾ ਬਰਿਆਨੀ ਦੇ ਲਾ ਅਜ ਤੱਕ ਪਈ ਆ ਚੱਲ ਕੋਈ ਨਹੀਂ ਉਹੀ ਖਾਣ ਤੇ ਆਏ ਗੱਲਾਂ ਕਰਾ ਖਾ ਲਾ ਜੇ ਭੁੱਖ ਲੱਗੀ ਤਾਂ ਤੈਨੂੰ ਖਾ ਲਾ ਖਾ ਲਾ ਨਹੀਂ ਖਾਣੀ ਉਹ ਇਹਨੇ ਕਿੱਥੇ ਖਾਣੀ ਆ ਇਹ ਤਾਂ ਉਦਾਂ ਆ ਉਹ ਕਰਨਾ ਆਲਸੀ ਦੇਖੋ ਕਿੱਦਾਂ ਹੁੰਦਾ ਬੰਦਾ ਆਲਸੀ ਦੇਖੋ ਸੋਫੇ ਦੇ ਉਹ ਉਦਨ ਦੇ ਏਦਾਂ ਹੀ ਆ ਫਲਿੱਪ ਹੋਏ ਸਿੱਧੇ ਨਹੀਂ ਕੀਤੇ ਜਾਂਦੇ ਨਾ ਤਾਂ ਇੰਨੀ ਹਿੰਮਤ ਨਹੀਂ ਉਹ ਸੋ ਗਏ ਸਿੱਧਾ ਉੱਠ ਕੇ ਪਤਾ ਨੂੰ ਲੈਣ ਭੱਜ ਗਿਆ ਨਾ ਹਾਂ ਬੰਦੇ ਦੀ ਡਾਇਟ ਦੇਖੋ ਇਹ ਆਪਣੀ ਫੋਟੋ ਆ ਜਦੋਂ ਅਸੀਂ ਵੇਗਸ ਘੁੰਮਣ ਗਏ ਸਹੀ ਨਹੀਂ ਦੇਖਦੀ ਤੁਹਾਨੂੰ ਸਹੀ ਆ ਆਹ ਵਿੱਚ ਵਾਲਾ ਬੰਦਾ ਤਾਂ ਬਾਹਲਾ ਕੁਛ ਲੱਗ ਜਾਂਦੇ ਆਹ ਜਿਹੜਾ ਇਹਨੇ ਲੋਟਰੀ ਜਿੱਤ ਲਈ ਨਾ $20 ਦੀ ਉੱਥੇ ਤਾਂ ਖੁਸ਼ੀ ਆ ਜਿਮ ਵਾਲੇ ਬੰਦੇ ਡਾਇਟ ਦੇਖ ਲਓ ਟੋਫੀਆਂ ਰੱਖੀਆਂ ਜੈਲੀ ਵਾਲੀਆਂ ਖਾਣ ਨੂੰ ਇੱਕੀ ਇੰਨੀ ਡਾਇਟ ਕੀ ਕਰਨੀ ਹੁੰਦੀ ਆ ਚਲੋ ਚੱਲ ਚੱਲੀਏ ਫਿਰ ਜਾ ਕੇ ਤਾਂ ਪੂਲ 'ਚ ਨਹਾਈਏ ਵਿਹਲਿਆਂ ਨੂੰ ਕੰਮ ਤਾਂ ਹੈ ਨਹੀਂ ਅਤੇ ਲੋਡ ਕੈਂਸਲ ਪੂਲ 'ਚ ਨਾ ਹੋ ਨਜ਼ਾਰੇ ਲਓ ਚਲੋ ਉਹ ਆ ਕੋਈ ਨਾ ਅੱਛਾ ਟਰੱਕਰ ਉਹ ਹਾਂ ਰੇਡੀਓ ਆ ਉੱਦਾਂ ਨਾ ਕੋਈ ਸੁਣਨ ਨੂੰ ਆਹ ਦੇਖ ਲਓ ਇੱਕ ਗੈਂਗਸਟਰ ਗੈਂਗਸਟਰ ਮਨਦੀਪ ਕਹਿੰਦਾ ਮੇਰੀ ਵੀਡੀਓ ਬਣਾ ਕਹਿੰਦਾ ਮੇਰੀ ਵੀਡੀਓ ਬਣਾ ਸਭ ਫੜੇ ਜਾਣਗੇ ਤੇ ਚੱਕੇ ਜਾਣਗੇ ਕੋਈ ਨਹੀਂ ਬਚੇਗਾ ਕਾਤੀਆ ਇਹਨੇ ਮਾਰਨੇ ਬੰਦੇ ਜਿੰਨੇ ਵੀ ਆ ਇਹ ਕੀ ਤੂੰ ਮਾਰਨਾ ਚਾਹੁੰਦਾ ਉਹ ਇਹਨਾਂ ਕਿਹੜਾ ਮਰਦਾ ਟੋਏ ਗਾਨੇ ਆ ਇਹਨਾਂ ਤਾਂ ਸਾਲੇ ਮੱਖੀ ਨਹੀਂ ਮਰਦੀ ਬੰਦਾ ਸਵਾਹ ਮਰਨਾ ਉਹ ਚੱਲ ਬੰਦਾ ਕਿੱਥੇ ਮਰਨਾ ਖੋਲ ਕੇ ਦਿਖਾ ਦੇ ਇੱਕ ਵਾਰੀ ਡੱਬ ਚ ਧਿਆਨ ਨਾ ਪਾਈ ਗੋਲੀ ਗਲਤ ਵੀ ਵੱਜ ਸਕਦੀ ਆ ਉਹ ਨਹੀਂ ਉਹ ਰਹਿਣ ਦੇ ਹੁਣ ਯਾਰ ਖਾਧਾ ਖਾ ਗਿਆ ਹੁਣ ਫਿਰ ਭੁੱਖ ਲੱਗੀ ਚੱਲੀਏ ਨਹਾਉਂਦੇ ਜਾ ਕੇ ਪੂਲ ਦੇ ਵਿੱਚ ਬੜਾ ਠੀਕ ਠਾਕ ਨਹੀਂ ਜਾਣਾ ਪੱਕਾ ਫਿਰ ਕੈਂਸਲ ਨਹੀਂ ਜਾਂਦੇ ਹਾਂ ਚਲੋ ਕਿਤੇ ਉੱਧਰ ਉੱਧਰ ਹੀ ਅੱਜ ਰੋਟੀ ਪਾਣੀ ਬਣਾਉਂਦੇ ਹਾਂ ਆਪਣੇ ਘਰ ਅੱਜ ਵਿੱਕੀ ਵਿੱਕੀ ਵਿਚਾਰਨੇ ਸਫਾਈ ਬੜੀ ਕਰਦੀ ਅੱਜ ਔਖਾ ਹੋਇਆ ਫਿਰਦਾ ਨਹੀਂ ਵਿੱਕੀ ਅੱਜ ਨਹੀਂ ਅੱਜ ਉੱਧਰ ਲੈ ਕੇ ਜਾਂਦੇ ਤੈਨੂੰ ਵੀ ਅੱਜ ਹੀ ਲੈ ਕੇ ਦਿੱਤੇ ਵਿੱਕੀ ਇਹਨੂੰ ਹੁਣ ਗਵਾਤੇ ਇਹਨੇ ਉਹ ਵੀ ਔਨ ਕਰਨਾ ਪੈਂਦਾ ਕੀਤਾ ਹੁਣ ਉਹਨੂੰ ਕਿਹਾ ਹੇ ਸੀਰੀ ਫਾਈਂਡ ਮਾਈ ਏਅਰਪੋਡਸ ਉਹ ਫੋਨ ਨੂੰ ਕਿਹਾ ਉਹਨੇ ਕਹਿ ਦੇਣਾ ਆਹ ਲਾਇਆ ਤਾਂ ਹੈ ਕੰਨ ਨੂੰ ਡੱਬੀ ਗਿਰ ਗਈ ਔਨ ਕੀਤਾ ਸੀਗਾ ਉਹੀ ਆ ਏਅਰਪੋਰਟ ਵੀ ਕਿਉਂ ਨਹੀਂ ਕਹਿੰਦੇ ਆ ਤੇਰੇ ਕਹਿੰਦੇ ਤਾਂ ਸੀਰੀ ਕੀੜੀ ਨਾ ਲੱਭੇ ਏਅਰਪੋਰਟ ਕਿੱਥੋਂ ਲੱਭਣੇ ਉਹਨੇ ਚੱਕ ਕੇ ਦੇਖ ਲਾ ਇਹ ਹੁੰਦੇ ਹਾਲ ਬੰਦੇ ਸ਼ਦਾਈ ਹੋ ਜਾਂਦਾ ਉਹ ਗੱਡੀ ਚ ਪਏ ਹੋਣੇ ਆ ਪਏ ਆ ਤੇਰੇ ਵਿੱਕੀ ਬਸ ਆ ਇੱਕ ਤੇ ਇੱਧਰ ਇੱਕ ਤੇ ਇੱਥੋਂ ਕੋਈ ਗੜਬੜ ਆ ਇਹਨਾਂ ਚ ਉਹ ਗੱਡੀ ਚ ਹੋਣੇ ਚਲੋ ਹਲਾ ਵਿੱਕੀ ਤੈਨੂੰ ਤਾਂ ਫੇਸਬੁੱਕ ਤੇ ਮੁੰਡਾ ਕਹਿੰਦਾ ਫੇਸਬੁੱਕ ਤੇ ਰਿਕੁਐਸਟਾਂ ਬੜੀਆਂ ਆਉਂਦੀਆਂ ਪੁੱਠੀ ਸਾਈਡ ਗੱਡੀ ਚਲਾ ਰਹੇ ਆਪਣੀ ਸਾਈਡ ਕਰ ਲੈ ਇੰਡੀਆ ਨਹੀਂ ਹੈਗਾ ਇਹ
गब्बे चला ए कि छड़ गया जेड़ा तेन पुलिस आके कहूगी मित्रा इधर नहीं चलाना गल कर जिधर गड्डी उधर भावा घर ला दे फोन कर दे मैं कर जिथो गए लौट के बुद्धू गर्कू आए उथी आ गए विक्की विक्की की याद ही खिंच लिया सानू विक्की कहंदी ना जो मैं नहीं काम कर रहा तो तुसी किदा चल जाओगे बंदे त्यार त्यूर करा के किड्डा पा के सारे गए ते हुण चलो यार करना हुण आ हार्ट वाले बिस्कुट खाओ चाह पियो ते बाकी देख दे हुण थोड़ा शाम नूं गर्मी बड़ी बहुत ज्यादा बाहर देख दे शाम नूं बाकी दा प्रोग्राम शाम हुण फिर गेम ही खेलिए चलो बाकी देख दे शाम गेट भी खोल लिया नवे बंदे होंगे काम की टेंशन ऐदा होती नवे बंदे लाउंदा ना फोन अपनी गड्डी खड़ी आ सारे रात नूं रोटी खांदे आ जां डाइट खांदे आ दोने आ सानू पिज्जा चाहिदा पता नहीं किदा खा के सोना इन्होंने धांधे बंदे शिकागो पिज्जा चलो पिज्जे की वेट चल रही हूँ अजे भी कहता कहना कमी पेशी रह गई कहना एक अद्धी पार्टी होर चाहिए ही मैं क्या हूं तो जान ही ले लो इतना स्वाद हो कुछ नहीं कर सकता हम अपना कम सैट यही कहता अज तक गल कोई नहीं बनी गल इन्हें पता नहीं कि बनानी है कोई नहीं पुत काम तो कर करी जाके पता तेन उथे लगना $3,000 भी खर्चने पै गए ना और तू कहना तू वो रस्ता लभना जिथे तेरे $2 भी बचने बाद इदा का हाल होना कोई नहीं विक्की आ रहा पिज्जा बुल कद सुकी जाते कुक लिया तो मैं करे ऑर्डर कट्ठा ही पीना
ਬੁੱਲ ਬੜੇ ਸੁੱਕਦੇ, ਚੱਕਰ ਕੀ ਆ? ਪ੍ਰੋਡਕਟ ਘਰ ਰਹਿ ਗਿਆ ਲੱਗਦਾ ਅਜੇ ਤੇਰਾ। ਮਜ਼ਾਕ ਦੀ ਗੱਲ ਨੀ, ਹੁਣ ਜਿਹੜੀ ਜੀ ਫੇਰੀ ਨਾ ਤੂੰ ਉੱਤੇ, ਕੋਈ ਹਾਲ ਨੀ। ਚਲੋ ਬਾਕੀ ਜਦੋਂ ਆਉਂਦਾ ਵਿੱਕੀ ਇਹਨਾਂ ਨੂੰ ਕਰਦਾ ਗੈਂਗ ਮੇਰੀ ਬੁੱਲ ਗਿੱਲੇ ਕਰ ਤੂੰ, ਬਾਅਦ 'ਚ ਬੰਦਿਆਂ ਨੇ ਬਲੌਗ ਦੇ ਵਿੱਚ ਗਲਤ ਸਮਝਣਾ ਮੁੰਡਾ ਫੀਮ ਖਾਂਦਾ ਤਾਂ ਕਰਕੇ ਜ਼ਿਆਦਾ ਸੁੱਕਦੇ ਆ। ਅੱਜ ਫੀਮ ਨਾਲ ਬੁੱਲ ਸੁੱਕਦੀ ਕਿ ਨਹੀਂ? ਉਹ ਸੁੱਕਦੇ ਨਾ ਬੂਟੇ ਕੈਲੀਫੋਰਨੀਆ ਲਾ ਕੇ। ਬਾਕੀ ਰਾਤ ਦਾ ਡਿਨਰ ਸ਼ਿਕਾਗੋ ਵੱਲੋਂ ਸਪੋਂਸਰ ਬਾਏ ਸ਼ਿਕਾਗੋ ਪੀਜ਼ਾ। ਚਲੋ ਫਿਰ ਖਿੱਚ ਦਿਓ ਮੁੰਡਿਓ, ਚੱਲੀਏ ਫਿਰ ਰੰਗਾ ਰੰਗ ਪ੍ਰੋਗਰਾਮ ਖਾਓ ਖਾਓ ਖਿੱਚੋ। ਚਲੋ ਇੱਕ ਰਹਿ ਗਿਆ, ਅੱਧਾ ਅੱਧਾ ਰਹਿ ਗਿਆ ਦੋਨਾਂ ਦਾ, ਹੁਣ ਚੱਕ ਦਿਓ ਅੱਧਾ ਅੱਧਾ। ਮੈਂ ਡਾਇਟਿੰਗ 'ਤੇ ਹਾਂ, ਅੱਗੇ ਬੜਾ ਮੋਟਾ ਹੋ ਗਿਆ। ਵਿੱਕੀ ਤੂੰ ਸਹੀ ਆ, ਤੂੰ ਖਾ ਸਕਦਾ ਖਿੱਚ ਕੇ ਰੱਖ ਕੰਮ। ਗੰਜੇ ਨੂੰ ਛੱਡ, ਮੈਂ ਆਪਣਾ ਸਰੀਰ ਦੇਖਣਾ ਹੈ। ਉਹ ਦੇਖ ਲਾ, ਮੈਨੂੰ ਲੱਗਦਾ ਸਮਝ ਆ ਗਈ ਤੁਹਾਨੂੰ ਖਿੱਚਾ ਕੇ ਨਾ, ਅਤੇ ਵਿੱਕੀ ਦੇਖ ਲਾ ਉਹਨੇ ਕੁੱਟਣਾ ਬੜਾ। ਉਹਨੂੰ ਚੱਕ ਕੇ ਨਾ ਮੋਟਿਆ ਤੇ ਤੈਨੂੰ ਆਪਣੇ ਟੇਡੇ 'ਤੇ ਰਗੜਨਾ, ਜਿੱਦਾਂ ਮਾਚਿਸ ਨਹੀਂ ਡੱਬੀ 'ਤੇ ਰਗੜਦੇ ਆ ਕੇ ਨਿਕਲਦੀ, ਅਤੇ ਫੇਰ ਹੀ ਦੇਖ ਲਾ ਆ ਜਾ ਕੇ ਨਿਕਲਦੀ ਆ। ਚਲੋ ਲਓ ਜੀ, ਬੰਦੇ ਘਰ ਪਹੁੰਚ ਚੁੱਕਿਆ ਅਤੇ ਸਾਡਾ ਬੰਦਾ ਲਾ ਰਿਹਾ ਗੱਡੀ ਬੈਗ, ਹਜੇ ਤੱਕ ਸੈੱਟ ਨਹੀਂ ਆ ਰਹੀ। ਉੱਥੋਂ ਕਰੂ ਅੱਜ ਕੁਛ ਨਾ ਕੁਛ, ਇਹ ਗੱਡੀ ਲਾਉਂਦੇ ਜਾਂ ਤਾਂ ਪਿਛਲੀ ਕੰਧ ਤੋੜੂ ਅਤੇ ਜਾਂ ਅਗਲਾ ਸ਼ੀਸ਼ਾ। ਕਰ ਲਾ ਜਲਦੀ, ਇੰਨਾ ਟਾਈਮ ਨਹੀਂ ਮਨਦੀਪ ਲੱਗਦਾ ਜਿੰਨਾ ਤੂੰ ਲਾਉਂਦਾ। ਇੱਥੋਂ ਪਤਾ ਲੱਗਦਾ ਇੰਡੀਆ ਵਾਲੇ ਡਰਾਈਵਰ ਦਾ। ਜਾਣਦੇ ਜਾਣਦੇ ਥੋੜ੍ਹੀ ਜਿਹਾ ਹੋਰ ਪਿੱਛੇ, ਆਹ ਸ਼ਟਰ ਵੀ ਲਾਉਣਾ ਅੱਗੇ। ਚਲੋ ਸਹੀ ਆ ਸਹੀ ਆ, ਬੜੀਆ। ਚਲੋ ਚੱਲੀਆ ਨੂੰ ਮਿਲਦੇ ਜੀ, ਤੁਹਾਨੂੰ ਅੱਗੇ। ਬਾਕੀ ਘਰ ਪਹੁੰਚ ਕੇ ਤਾਂ ਹੁਣ ਆਪਣੀ ਗੁੱਡ ਨਾਈਟ ਆ। ਬੰਦੇ ਖਾ ਪੀ ਕੇ ਜੀ ਪੂਰੇ ਟੈਟਿਆ ਹੁਣ, ਸਪੈਸ਼ਲੀ ਸਾਡਾ ਹਸਨਪੁਰ ਗੈਂਗ ਦਾ ਪ੍ਰਧਾਨ। ਉੱਦਾਂ ਲੱਗਦਾ ਨਹੀਂ ਨਾ ਵੀ ਕਿੱਦਾਂ ਫਰਿੱਜ ਨੂੰ ਉਹਦੇ ਵਿੱਚ ਵੀ ਸ਼ਾਮ ਨੂੰ ਇੰਨਾ ਠੰਡਾ ਹੋ ਜਾਂਦਾ ਮੌਸਮ। ਇਹ ਤਾਂ ਸ਼ਿਮਲੇ ਵਾਲਾ ਮੌਸਮ ਬਣਿਆ ਪਿਆ ਇੱਥੇ ਹੁਣ। ਚਲੋ ਜੀ ਠੀਕ ਆ, ਗੁੱਡ ਨਾਈਟ, ਮਿਲਦੇ ਆ ਜੀ ਤੁਹਾਨੂੰ ਅਗਲੇ ਬਲੌਗ 'ਚ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਨਾਲ ਸ਼ੇਅਰ ਵੀ ਜ਼ਰੂਰ ਕਰੋ ਨਾਲ, ਅਤੇ ਲਾਈਕ ਵੀ ਦੱਸਿਓ ਬਾਅਦ 'ਚ ਕਿੱਦਾਂ ਦਾ ਲੱਗਾ ਕਮੈਂਟ ਕਰਕੇ।